ਇਹ ਲੰਗਰ ਹਾਲ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਅਤੇ ਸੰਗਤਾਂ ਬੜੇ ਪਿਆਰ ਨਾਲ ਬੈਠ ਕੇ ਲੰਗਰ ਛਕਦੀਆਂ ਨੇ ਅਤੇ ਇੱਥੇ ਹੀ ਪਾਕਿਸਤਾਨੀ ਭਰਾ ਲੰਗਰ ਛਕਦੇ ਨੇ ਅਤੇ ਇੱਥੇ ਹੀ ਆਪਣੇ ਇੰਡੀਅਨ ਜਾਣੀ ਕਿ ਭਾਰਤ ਵਾਲੇ ਆਪਾਂ ਅਤੇ ਉਹੀ ਲੰਗਰ ਆਪਾਂ ਨੂੰ ਆਪਣੇ ਬਾਈ ਲੁਧਿਆਣੇ ਵਾਲੇ ਅਤੇ ਉਹ ਆ ਗਏ ਅਤੇ ਉਹਨਾਂ ਥੋੜ੍ਹਾ ਜਿਹਾ ਲੇਟ ਹੋ ਗਏ ਸੀਗੇ ਉਹ ਅਤੇ ਉਸ ਕਰਕੇ ਉੱਥੇ ਹੁਣ ਆਏ ਨੇ। ਮੈਂ ਆ ਗਿਆ ਸੀ ਮੱਥਾ ਟੇਕ ਕੇ, ਮੈਂ ਲੋਕਰ 'ਚ ਸਮਾਨ ਰੱਖਣ ਆਇਆ ਅਤੇ ਬਾਈ ਹੁਣੀ ਮੈਨੂੰ ਮਿਲ ਗਏ। ਨਹੀਂ ਮੈਂ ਹੋਰ ਅੱਗੇ ਚਲੇ ਜਾਣਾ ਸੀਗਾ, ਬਾਈ ਉਹਨਾਂ ਨੂੰ ਮਿਲਣਾ ਨਹੀਂ ਸੀ ਅਤੇ ਲੋਕਰ 'ਚ ਆਇਆ ਸੀ ਸਮਾਨ ਰੱਖਣ, ਉਹਦੇ ਕਰਕੇ ਮਿਲ ਗਏ ਬਾਈ ਹੁਣੀ। ਅਤੇ ਹੋਰ ਬਾਈ ਵਧੀਆ ਲੱਗਿਆ ਆ ਕੇ? ਸ਼ੁਕਰ ਕਰੋ ਮਿਲ ਗਏ ਅਸੀਂ ਤੁਹਾਨੂੰ ਆ ਕੇ। ਬਾਈ ਹੁਣੀ ਮੈਂ ਕੁਦਰਤੀ ਆ ਗਿਆ ਲੋਕਰ 'ਚ, ਨਹੀਂ ਮੈਂ ਸਮਾਨ ਰੱਖਣ ਆਇਆ ਸੀ ਤਾਂ ਮਿਲ ਗਏ। ਅੱਛਾ ਹਾਂ 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 ਮੇਰੇ, ਮੈਂ ਸੋਚ ਰਿਹਾ ਸੀ ਮਹਾਂ ਵੀ ਹੁਣ ਤਾਂ 11:30 ਹੋ ਗਏ, ਮਹਾਂ ਵੀ ਹੁਣ ਕਦੇ ਆਉਣੇ ਨਾ, ਇਹਦੇ ਆ ਜਾਓ ਇਹਦੇ ਚੱਲੋ ਇੱਥੋਂ ਪਾਪ ਤੇ ਚੱਲੋ। ਹਾਂਜੀ ਅਤੇ ਬਾਈ ਹੁਣੀ ਹੁਣ ਮੱਥਾ ਟੇਕਣਗੇ ਅਤੇ ਫਿਰ ਉਸ ਤੋਂ ਬਾਅਦ ਸਾਰੇ ਕਿਤੇ ਮੱਥਾ ਟੇਕ ਕੇ ਅਤੇ ਫਿਰ ਮਾਰਕੀਟ ਜਾਵਾਂਗੇ। ਹਾਂ ਮਾਰਕੀਟ ਜਾਵਾਂਗੇ ਬਾਈ ਉਹਨਾਂ ਨਾਲ। ਤਾਂ ਜਾ ਰਹੇ ਹਾਂ ਉੱਧਰ ਸਾਹਮਣੇ, ਉਹ ਕਸ਼ੀਰੀ ਸਾਹਿਬ ਲਾਈ ਹੋਈ ਆ ਅਤੇ ਸ਼੍ਰੀ ਸਾਹਿਬ 'ਤੇ ਲਿਖਿਆ ਹੋਇਆ ਇਮਰਾਨ ਖਾਨ ਦਾ ਨਾਮ ਆ ਅਤੇ ਇਹ ਉਹੀ ਜਗ੍ਹਾ ਜਿੱਥੇ ਕੋਰੀਡੋਰ ਦਾ ਉਦਘਾਟਨ ਕੀਤਾ ਸੀਗਾ ਕਰਕੇ, ਅਤੇ ਕੋਰੀਡੋਰ ਦੀ ਜਦੋਂ ਓਪਨਿੰਗ ਹੋਈ ਆ, ਕੋਰੀਡੋਰ ਜਦੋਂ ਖੋਲ੍ਹਿਆ, ਲਾਂਘਾ ਖੋਲ੍ਹਿਆ ਆਪਣਾ, ਅਤੇ ਉਹਦਾ ਉਦਘਾਟਨ ਇਸ ਜਗ੍ਹਾ ਹੋਇਆ ਸੀਗਾ। ਅਤੇ ਆਹ ਫੋਟੋਆਂ ਬਹੁਤ ਦੇਖੀਆਂ ਨੇ ਆਪਾਂ ਸ਼੍ਰੀ ਸਾਹਿਬ ਦੀਆਂ ਪਹਿਲਾਂ, ਅਤੇ ਇੱਧਰ ਪਿੱਛੇ ਦਰਬਾਰ ਸਾਹਿਬ ਨੇ, ਦਰਬਾਰ ਸਾਹਿਬ ਦੇ ਇਧਰਲੀ ਸਾਈਡ ਪਿਛਲੀ ਸਾਈਡ ਸ਼੍ਰੀ ਸਾਹਿਬ ਲੱਗੇ ਹੋਏ ਨੇ। ਸਾਰੀ ਸੰਗਤ ਇੱਧਰ ਨੂੰ ਜਾ ਰਹੀ ਆ ਅਤੇ ਇੱਥੇ ਹੀ ਨਿਸ਼ਾਨ ਸਾਹਿਬ ਬਣੇ ਹੋਏ ਨੇ ਫੁੱਲਾਂ ਦੇ। ਲੱਗੀ ਹੋਈ ਇੱਥੇ ਦੇਖੋ ਸ਼੍ਰੀ ਸਾਹਿਬ ਜਿਹੜੀ ਦੂਰ ਤੋਂ ਦਿਖ ਰਹੀ ਸੀ, ਇੱਥੇ ਲਿਖਿਆ ਹੋਇਆ ਮਿਸਟਰ ਇਮਰਾਨ ਖਾਨ ਨਾਮ ਲਿਖਿਆ ਹੋਇਆ ਅਤੇ ਗਰਾਊਂਡ ਬ੍ਰੇਕਿੰਗ ਸੈਰਮਨੀ 2018 ਅਤੇ ਜਦੋਂ ਓਪਨਿੰਗ ਹੋਈ ਸੀ ਆਪਣੇ ਕੋਰੀਡੋਰ ਦੀ ਇਸ ਜਗ੍ਹਾ ਹੋਈ ਸੀ ਅਤੇ ਥੈਂਕ ਯੂ ਇਮਰਾਨ ਖਾਨ, ਇਮਰਾਨ ਖਾਨ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਦੇ ਕਰਕੇ ਇੱਥੇ ਅਸੀਂ ਆ ਸਕੇ, ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ। ਅਤੇ ਉੱਧਰ ਮੈਨੂੰ ਇੱਕ ਪਾਕਿਸਤਾਨ ਤੋਂ ਫੈਮਿਲੀ ਮਿਲੇ ਸੀ, ਮੈਂ ਵੀਡੀਓ ਤਾਂ ਬਣਾਈ ਨਹੀਂ ਹੈਗੀ, ਅਤੇ ਬਹੁਤ ਪਿਆਰ ਨਾਲ ਮਿਲੇ, ਬਹੁਤ ਪਿਆਰ ਕੀਤਾ ਉਹਨਾਂ ਨੇ, ਸਾਰੇ ਆਪਣੇ ਵਰਗੇ ਨੇ ਲੋਕ, ਅਤੇ ਸਾਰੇ ਆਪਣੇ ਵਰਗੇ ਨੇ, ਕੋਈ ਫਰਕ ਤਾਂ ਹੈ ਨਹੀਂ, ਇੱਕ ਤਾਰੇ ਆ ਵਿਚਾਲੇ ਸਰਹੱਦ ਆ। ਬਹੁਤ ਵਧੀਆ ਲੱਗਿਆ, ਬੜਾ ਸਕੂਨ ਮਿਲਿਆ ਆ ਕੇ, ਅਤੇ ਦਰਬਾਰ ਸਾਹਿਬ 'ਚ ਆਪਾਂ ਪਹਿਲਾਂ ਮੱਥਾ ਟੇਕ ਆਏ ਸੀਗੇ, ਤੁਸੀਂ ਦੇਖਿਆ ਜਿਵੇਂ ਸਾਰਾ ਬਲੌਗ 'ਚ, ਉੱਥੇ ਬੈਠ ਕੇ ਬਹੁਤ ਸਕੂਨ ਮਿਲਿਆ ਅਤੇ ਬਾਬੇ ਨਾਨਕ ਦਾ ਨਾਮ ਲੈ ਕੇ, ਬਾਬੇ ਨਾਨਕ ਦੀ ਧਰਤੀ 'ਤੇ ਆ ਕੇ ਬੜਾ ਵਧੀਆ ਲੱਗਿਆ। ਠੀਕ ਆ, ਅਤੇ ਇਹ ਜਗ੍ਹਾ 'ਤੇ ਉੱਧਰ ਪਿੱਛੇ ਨਿਸ਼ਾਨ ਸਾਹਿਬ ਬਣਾਏ ਗਏ ਨੇ, ਕੰਡਾ ਬਣਾਇਆ ਗਿਆ ਫੁੱਲਾਂ ਦਾ, ਠੀਕ ਆ ਉਹ ਦੇਖਣ ਚੱਲਦੇ ਹਾਂ, ਉਹਦੇ ਨਾਲ ਪਿੱਛੇ ਫੁੱਲ ਲਾ ਕੇ ਕੰਡਾ ਬਣਾਇਆ ਹੋਇਆ ਉਹ ਦਿਖਾਉਂਦੇ ਹਾਂ। ਅਤੇ ਉਹ ਸਾਹਮਣੇ ਆ ਖੰਡਾ ਬਣਿਆ ਹੋਇਆ ਫੁੱਲਾਂ ਨਾਲ ਤਿਆਰ ਕਰਿਆ ਹੋਇਆ, ਬਹੁਤ ਸੋਹਣੀ ਕਲਾ। ਦੇਖੋ ਨਿਸ਼ਾਨ ਸਾਹਿਬ ਬਣੇ ਹੋਏ ਨੇ ਫੁੱਲਾਂ ਨਾਲ, ਫੁੱਲ ਕੱਟ ਫੁੱਲਾਂ ਦੀ ਕਟਿੰਗ ਕਰਕੇ ਬਣਾਏ ਗਏ ਨੇ, ਬਹੁਤ ਵਧੀਆ ਕਲਾ ਕਰੀ ਹੋਈ ਆ। ਅਤੇ ਆਹ ਭਰਾ ਨੇ ਪਾਕਿਸਤਾਨ ਵਾਲੇ, ਇੱਧਰ ਮਿਲਦੇ ਇਹਨਾਂ ਨਾਲ, ਕਰਦੇ ਹਾਂ ਗੱਲਬਾਤ ਜਾ ਕੇ। ਕੋਈ ਨਾ ਸਾਉਂਦਾ ਜਿਹੜਾ ਕੀਤਾ ਜਾ ਹੋਣਾ ਬਸ ਇਹ ਹੋ।
ਧਰਤੀ ਤੇ ਪੰਚਮ ਤੋਂ ਬਾਅਦ ਜੰਗਲ ਵੀਰਾਨ ਸੀ ਜਾਂ ਬਾਂਸ ਸੀ ਸ਼ਹਿਰ ਅਭੀ ਤੱਕ ਨਾ ਸੀ ਇਸ ਜੰਗਲ ਵੀਰਾਨ ਦੀਆਂ ਬਾਂਸ ਨੂੰ ਮਹਾਰਾਜ ਨੇ ਕਰਤਾਰਪੁਰ ਸਾਹਿਬ ਦੇ ਨਾਮ ਤੋਂ ਕਰਤਾਰਪੁਰ ਸਾਹਿਬ ਦੇ ਨਾਮ ਕਹਿਰ ਮੇਰੇ ਗਰੀਬ ਨਵਾਜ ਪਿਤਾ ਨੇ ਆਪਣੀਆਂ ਸੰਗਤਾਂ ਨੂੰ ਤਿੰਨ ਸੰਯੋਗ ਦੇ ਸਭ ਤੋਂ ਪਹਿਲੇ ਨਾਮ ਜਪੋ ਫਿਰ ਕਿਰਤ ਕਰੋ ਜਿਹੜੀ ਕਿਰਤ ਕੀਤੀ ਹੋਈ ਉਸਨੂੰ ਵੰਡ ਸਕੋ ਤੇ ਇੱਥੇ ਆ ਕੇ ਸਾਰੇ ਇਕੱਠੇ ਹੋ ਜਾਂਦੇ ਨੇ ਪਿਆਰ ਇੱਕ ਦੂਜੇ ਨੂੰ ਕਰਦੇ ਨੇ ਅਤੇ ਜਿਵੇਂ ਜਿਹੜੇ ਰਿਸ਼ਤੇਦਾਰ ਨੇ ਜਿਨ੍ਹਾਂ ਦੇ ਰਿਸ਼ਤੇਦਾਰ ਪਾਕਿਸਤਾਨ 'ਚ ਨੇ ਭਾਰਤ ਵਾਲਿਆਂ ਦੇ ਉਹ ਇੱਕ ਦੂਜੇ ਨੂੰ ਉਰੇ ਆ ਕੇ ਮਿਲਦੇ ਵੀ ਨੇ ਕਈ ਫੈਮਿਲੀਜ਼ ਵੀ ਆਈਆਂ ਹੋਈਆਂ ਨੇ ਅਤੇ ਮਿੱਤਰ ਦੋਸਤ ਆਪਦੇ ਜਿਹੜੇ ਇੱਧਰ ਰਹਿ ਗਏ ਵੰਡ 'ਚ ਵੰਡ ਸਮੇਂ ਅਤੇ ਆ ਸਾਰੀਆਂ ਫੈਮਿਲੀਜ਼ ਆਈਆਂ ਹੋਈਆਂ ਨੇ ਆਪਣੇ ਇੰਡੀਆ ਤੋਂ ਇਹ ਉਹ ਕਰ ਰਹੇ ਨੇ ਇੱਥੇ ਫੋਟੋਆਂ ਖਿੱਚ ਰਹੇ ਨੇ ਬਾਕੀ ਉਹ ਬਾਈ ਆਪਣੇ ਦੋਸਤ ਮਿਲੇ ਸੀ ਜਿਹੜੇ ਲੁਧਿਆਣੇ ਵਾਲੇ ਉਧਰ ਉੱਪਰ ਮੱਥਾ ਟੇਕਣ ਗਏ ਹੋਏ ਨੇ ਦਰਬਾਰ ਸਾਹਿਬ 'ਚ ਅਤੇ ਉੱਧਰ ਉਹ ਦਰਸ਼ਨ ਕਰਨ ਗਏ ਹੋਏ ਨੇ ਦਰਬਾਰ ਸਾਹਿਬ 'ਚ ਉਹਦੇ ਨੂੰ ਮੈਂ ਸੋਚਿਆ ਕਿ ਮੈਂ ਇੱਧਰ ਚੱਲਦਾ ਜਾਨੂੰ ਉੱਧਰ ਮੱਥਾ ਟੇਕ ਕੇ ਆਉਣਗੇ ਫਿਰ ਉਹਨਾਂ ਨਾਲ ਇਕੱਠੀ ਮਾਰਕੀਟ 'ਚ ਚੱਲਾਂਗੇ ਮਾਰਕੀਟ ਦੇਖਾਂਗੇ ਅਤੇ 11:30 ਦਾ ਟਾਈਮ ਹੋ ਗਿਆ ਬਾਕੀ ਇਹ ਵੀ ਟਾਈਮ ਥੋੜ੍ਹਾ ਲੱਗਦਾ ਹੁੰਦਾ 4 ਵਜੇ ਤੱਕ ਆਇਆ ਵੀ ਹੋਰ ਟਾਈਮ ਚਾਹੀਦਾ ਆਪਾਂ ਨੂੰ ਵੀ ਹੋਰ ਟਾਈਮ ਮਿਲੇ ਜਿੰਨਾ ਟਾਈਮ ਵੱਧ ਉਰੇ ਰਹੀਏ ਉਨਾ ਟਾਈਮ ਬਾਕੀ ਸਕੂਨ ਬਹੁਤ ਮਿਲਿਆ ਦਿਲ ਨੂੰ ਅਤੇ ਆਪਣੇ ਪਾਕਿਸਤਾਨ ਤੋਂ ਭਰਾ ਆਏ ਹੋਏ ਨੇ ਇੱਥੇ ਇਹ ਮਿਲੇ ਨੇ ਬਾਈਆਂ ਨਾਲ ਗੱਲਾਂ ਕਰੀਆਂ ਬਹੁਤ ਵਧੀਆ ਲੱਗਿਆ ਸਾਰਾ ਕੁਛ ਇੱਕੋ ਜਿਹਾ ਕੋਈ ਫਰਕ ਨਹੀਂ ਉਹੋ ਜਿਹੀ ਲੋਕ ਨੇ ਉੱਧਰ ਅਤੇ ਬੋਲੀ ਵੀ ਉਹੋ ਜਿਹੀ ਆ ਅਤੇ ਹੋਰ ਗੱਲਾਂ ਕਰਦੇ ਹਾਂ ਬਾਈ ਉਹਨਾਂ ਨਾਲ ਅਤੇ ਕੁਛ ਪੁੱਛਦੇ ਹਾਂ ਬਾਈਆਂ ਤੋਂ ਅਤੇ ਕਿਹੜੇ ਏਰੀਏ ਤੋਂ ਉੱਥੋਂ ਤੁਸੀਂ ਬਲੋਚਿਸਤਾਨ ਕੋਇਟਾ ਸੇ ਹਮ ਲੋਗ ਆਏ ਮਹਿਮਾਨ ਹੈ ਠੀਕ ਹੈ ਜੀ ਯਹਾਂ ਪਰ ਗੁਰੂ ਨਾਨਕ ਉਹ ਵੀ ਹਮ ਲੋਗੋਂ ਕਰਕੇ ਆਪਸੇ ਮਿਲ ਕੇ ਖੁਸ਼ੀ ਵੀ ਹੋਈ ਇਨਸ਼ਾਅੱਲਾ ਇਸ ਮੇਂ ਇੱਕ ਜਿੱਤੀ ਔਰ ਉਹ ਹੈ ਵਾਇਦਿਅਤ ਹੈ ਕੋਈ ਇਨਸਾਨੀਅਤ ਕੇ ਲਈ ਹਮ ਖਿਦਮਤ ਤੇ ਇਹੀ ਚੀਜ਼ ਹਮ ਕੇ ਲਈ ਬਤਾ ਹਾਂ ਜੀ ਹਾਂ ਜੀ ਅੱਛਾ ਲਗਾ ਜੀ ਆ ਕੇ ਜਹਾਂ ਪਰ ਬਹੁਤ ਅੱਛਾ ਲਗਾ ਹੈ ਔਰ ਆਪਸੇ ਮਿਲਾ ਹਾਂ ਜੀ ਆਪਸੇ ਮੁਲਾਕਾਤ ਹੋ ਕੇ ਬਹੁਤ ਖੁਸ਼ੀ ਹੋਈ ਬਹੁਤ ਬਹੁਤ ਖੁਸ਼ੀ ਹੋਈ ਹਾਂ ਜੀ ਪਹਿਲੀ ਵਾਰ ਮਿਲ ਰਹਾ ਹੂੰ ਮੈਂ ਵੀ ਮਤਲਬ ਪਾਕਿਸਤਾਨ ਸੇ ਇਧਰ ਪਹਿਲੇ ਹਮ ਕਭੀ ਆਈ ਨਹੀਂ ਬਸ ਜਹਾਂ ਪਰ ਤੋ ਬਹੁਤ ਬਹੁਤ ਵਾਗਾ ਬਾਰਡਰ ਹੈ ਜੋ ਵਹਾਂ ਪਰ ਆਤੇ ਤੇ ਪਰੇਡ ਦੇਖ ਕੇ ਚਲੇ ਜਾਤੇ ਤੇ ਬਹੁਤ ਸਮੇਂ ਸੇ ਮਨ ਮੇਂ ਥਾ ਕਿ ਪਾਕਿਸਤਾਨ ਜਾਣਾ ਹੈ ਬਹੁਤ ਅੱਛਾ ਤਾਲੁਕ ਬਣ ਗਿਆ ਜਿਸੇ ਕਾ ਆਵਾਮ ਦੇ ਤਾਲੁਕ ਬਣ ਗਿਆ ਵੀ ਜੋ ਹੈ ਨਾ ਆਨਾ ਜਾਣਾ ਹੋ ਗਿਆ ਆਵਾਮ ਖੁਸ਼ ਹੋ ਗਿਆ ਹਾਂ ਜੀ ਹਾਂ ਜੀ ਹਾਂ ਜੀ ਤੋ ਇਸ ਵਿੱਚ ਦਿਲੀ ਹਮਦਰਦੀ ਹੋ ਜਾਏਗਾ ਇੱਕ ਦੂਸਰੇ ਕੇ ਸਾਥ ਤਾਉਨ ਹੋ ਜਾਏਗਾ ਹਾਂ ਜੀ 8 ਸੇ ਲੈ ਕੇ 4 ਵਜੇ ਤੱਕ ਸਮਾਂ ਮਿਲਾ ਹੈ ਤੋ ਹਮੇ ਐਸੇ ਲਗਤਾ ਹੈ ਕਿ ਥੋੜਾ ਹੈ ਮੈਂ ਤਾਂ ਵੀ ਸੇ ਦੇਖ ਰਹਾ ਹੂੰ ਕਿ 1 2 3 4 ਘੰਟੇ ਰਹਿ ਗਏ ਬਸ ਬਹੁਤ ਖੁਸ਼ੀ ਹੋਈ ਕਿ ਆਪ ਜੋ ਹੈ ਨਾ YouTube ਮੇ ਚਲਾਏ ਗਏ ਫਿਰ ਜੋ ਹੈ ਨਾ ਚਲਾ ਇੰਡੀਆ ਔਰ ਪਾਕਿਸਤਾਨ ਹਮਾਰਾ ਤੁਹਾਰਾ ਫਿਰ ਪੇ ਰابطਾ ਹੋਏਗਾ ਹਾਂ ਜੀ ਹਾਂ ਜੀ ਸੋਸ਼ਲ ਮੀਡੀਆ ਪੇ ਇਨਸ਼ਾਅੱਲਾ ਠੀਕ ਹੈ ਜੀ ਤੇ ਇੱਧਰ ਆਪਾਂ ਜਿਹੜੀਆ ਸ਼੍ਰੀ ਸਾਹਿਬ ਲੱਗੀ ਹੋਈ ਸੀ ਇਹ ਤੁਸੀਂ ਦੇਖੇ ਨੇ ਬਾਕੀ ਇੱਥੇ ਆ ਕੇ 8 ਤੋਂ 4 ਵਜੇ ਵਾਲਾ ਟਾਈਮ ਆਪਾਂ ਨੂੰ ਥੋੜ੍ਹਾ ਲੱਗਦਾ ਹੁੰਦਾ ਐਂ ਲੱਗਦਾ ਹੁੰਦਾ ਕਿ ਹੋਰ ਸਮਾਂ ਮਿਲੇ ਆਪਾਂ ਨੂੰ ਉਰੇ ਰਹਿਣ ਦਾ ਇੰਨਾ ਸਕੂਨ ਹੈ ਬਹੁਤ ਮਿਲਦਾ ਆ ਕੇ ਅਤੇ ਜ਼ਰੂਰ ਟਾਈਮ ਕੱਢ ਕੇ ਤੁਸੀਂ ਆਇਓ ਮੈਂ ਤਾਂ ਇਹੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਜ਼ਰੂਰ ਟਾਈਮ ਕੱਢ ਕੇ ਆਇਓ 1 ਦਿਨ 2 ਦਿਨ ਤਾਂ ਆਪਾਂ ਆਪਣੀ ਜ਼ਿੰਦਗੀ 'ਚੋਂ ਕੱਢ ਸਕਦੇ ਹਾਂ ਬਾਬੇ ਨਾਨਕ ਦੇ ਲੇਖੇ ਲਾ ਸਕਦੇ ਹਾਂ ਠੀਕ ਆ ਅਤੇ ਪਿੱਛੇ ਨੇ ਦਰਬਾਰ ਸਾਹਿਬ ਬਹੁਤ ਸੋਹਣਾ ਮਾਹੌਲ ਆ ਬਾਕੀ ਸਾਰੇ ਆਪਾਂ ਦਰਸ਼ਨ ਕਰ ਲਏ ਮੱਥਾ ਟੇਕ ਲਏ ਇਸ ਤੋਂ ਲੰਗਰ ਹਾਲ ਚੱਲਦੇ ਹਾਂ ਨਾਲੇ ਲੰਗਰ ਹਾਲ ਤੁਹਾਨੂੰ ਦਿਖਾਉਂਦੇ ਹਾਂ ਅਤੇ ਨਾਲੇ ਆਪਾਂ ਲੰਗਰ ਛਕਦੇ ਹਾਂ ਪਾਕਿਸਤਾਨ ਦਾ ਲੰਗਰ ਠੀਕ ਆ ਬਾਬੇ ਨਾਨਕ ਦਾ ਲੰਗਰ ਤਾਂ ਸਾਂਝਾ ਹੀ ਆ ਬਾਬੇ ਨਾਨਕ ਨੇ ਲਾਇਆ ਸੀ ਸਾਰੇ ਕਿਤੇ ਸਾਂਝਾ ਉਹੀ 20 ਰੁਪਏ ਵਾਲਾ ਲੰਗਰ ਬਾਬੇ ਦਾ ਚੱਲ ਰਿਹਾ ਸਾਰੀ ਦੁਨੀਆ 'ਚ ਚੱਲ ਰਿਹਾ ਅਤੇ ਅੱਜ ਪਾਕਿਸਤਾਨ ਦਾ ਲੰਗਰ ਛਕਾਂਗੇ ਬਹੁਤ ਵਧੀਆ ਲੱਗ ਰਿਹਾ ਅਤੇ ਬੜਾ ਹੀ ਦਿਲ 'ਚ ਤਮੰਨਾ ਸੀ ਬਹੁਤ ਟਾਈਮ ਤੋਂ ਕਿ ਇੱਥੇ ਆਈਏ ਠੀਕ ਆ ਤੇ ਚਲੋ ਜਾ ਕੇ ਹੁਣ ਲੰਗਰ ਵੱਲ ਚੱਲਦੇ ਹਾਂ ਲੰਗਰ ਛਕਾਂਗੇ ਜਾ ਕੇ ਠੀਕ ਹੈ ਚੰਗਾ ਨਾਮ ਰਖਾਇ ਕੇ ਜਸ ਕਿਨ ਜਗਲੇ ਤੇ ਕ੍ਰਿਸ਼ਨ ਦਾ ਨਾਮ ਵਈ ਦਵਾ ਨਾ ਪੁੱਛੇ ਕੇ ਕੀਤਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਦੇ ਗੁਣ ਗੁਣ ਕਰੇ ਗੁਣਵੰਤੀਆਂ ਗੁਣ ਦੇ ਦੇ ਹਰ ਸਭ ਕੇ ਸੁਨਾਨ ਸੁਣੀਏ ਪੜ ਪੜ ਭਾਵੇਂ ਮਾਨ ਸੁਨੇ ਲਾਗੇ ਸਹਿਤਿਆ ਨਾਨਕ ਭਗਤ ਸਦਾ ਵਿਗਾਸ ਨੇ ਦੁੱਖ ਪਾਪਾ ਨਾਸ ਸੁਣੀਏ ਸਲਾਗਣਾ ਕੇ ਕਾਸ ਨੇ ਸੇਖ ਕੇ ਪਤ ਸਾਸ ਨੇ ਅੰਦੇ ਭਾਵੇਂ ਰਾਮ ਸ੍ਰੀ ਨਾਮ ਤੁਮੇ ਸਕਾਰ ਨਾਨਕ ਭਗਤ ਸਦਾ ਵਿਗਾਸ ਨੇ ਦੁੱਖ ਪਾਪਾ ਨਾਸ ਨਾਨਕ ਕਤੇ ਹਰ ਜਾਏ ਜੋ ਕਤੇ ਕਿਤੇ ਕਤੁਪਾਏ ਕਾਗਰ ਕਲਮ ਲਿਖੜ ਨਾਰ ਮੰਨੇ ਕਾ ਬੈ ਕਰ ਵਿਚਾਰ ਐਸਾ ਨਾਮ ਦਿਨ ਹੋਏ ਜਿਕੇ ਮਨ ਆਪਾਂ ਸਾਰੀਆਂ ਬਾਬੇ ਨਾਨਕ ਦੀਆਂ ਪਵਿੱਤਰ ਸਥਾਨਾਂ 'ਤੇ ਜਗ੍ਹਾਵਾਂ 'ਤੇ ਮੱਥਾ ਟੇਕ ਆਏ ਅਤੇ ਮੱਥਾ ਟੇਕ ਕੇ ਬਹੁਤ ਸਕੂਨ ਮਿਲਿਆ ਦਿਲ ਨੂੰ ਹੁਣ ਆਪਾਂ ਲੰਗਰ ਹਾਲ ਵੱਲ ਚੱਲਦੇ ਹਾਂ
मेरे साथी पता नहीं कितने गए, पता नहीं मत्था टेक के मुड़े आए हो। काफ़ी बड़ा बहुत जगह च गुरद्वारा साहब बने हुए हैं, तो देखो तक बहुत दूर आ जिहड़े आपां श्री साहब लवे गए सी, वह गुरद्वारा साहब के पिछले पासे ने, बैक साइड ने, तो गुरद्वारा साहब बहुत बड़े ने, तां करके पता नहीं लगता जे वह बंदे नाल दे एक दूजे पासे चले जाते हैं। तो चलो कोई नहीं, मिले लैना आपां। बाकी हुण आपां लंगर हाल च चलते हाँ, लंगर हाल तुहानूं दिखाउने आ, नाले लंगर छकदे हाँ। ठीक है, बाबे नानक का जिहड़ा चलाया सी बाबे ने 20 रुपयां का लंगर, तो ये हुण आपां लंगर हाल वल जा रहे हाँ। वो सामने आ गया लिखा हुआ बोर्ड गुरु का लंगर, तो लंगर हाल से चलते हैं। लंगर हाल का गेट आ, तो इतने लिख के लाया हुआ लंगर लोड़ अनुसार लवो जी, लंगर जूठा ना छड़ो, लंगर हाल में गल्ला ना करो, ये सारा लिखा हुआ। बाकी नाल दी नाल इंग्लिश च भी दस्या हुआ, तो नाल दी नाल उर्दू च भी लिख के दस्या हुआ। तो गेट आ लंगर हाल का, चलते हैं अंदर। ये है लंगर हाल गुरद्वारा श्री करतारपुर साहिब पाकिस्तान का, तो संगत बड़े प्यार नाल बैठ के लंगर छकदियां ने, तो इत्थे ही पाकिस्तानी भरा लंगर छकते हैं, तो इत्थे ही अपने इंडियन यानी कि भारत वाले आप लंगर छकते हैं। इत्थे बर्तन पए ने बहुत वधिया तरीके नाल रखे गए, इत्थों आपां बर्तन चक के छकण वास्ते लैके जा सकते हैं। आ भरा इधर पाकिस्तान वाले सेवादार, संगतां देखो लंगर छक रही ने बैठ के। कितना वधिया लगता पाकिस्तानी भाई सिखाते ने लंगर, तो अपने आले पंजाबी इंडियन बह के छकते ने। ਆਪਾਂ ਲੰਗਰ ਹਾਲ 'ਚ ਆ ਗਏ ਸੀਗੇ, ਅਤੇ ਲੰਗਰ ਛਕਣ ਲੱਗੇ ਹਾਂ। ਬੈਠੇ ਨੇ ਨਾਲ ਆਪਣੇ ਪਾਕਿਸਤਾਨ ਤੋਂ, ਅਤੇ ਲੰਗਰ ਛਕ ਰਹੇ ਨੇ ਬੈਠੇ ਨਾਲ। ਬਾਕੀ ਹੋਰ ਇੱਧਰ ਸਾਰੀ ਸੰਗਤ, ਸਾਰੇ ਹੀ ਆ ਸੰਗਤ ਲੰਗਰ ਛਕ ਰਹੀ ਹੈ ਬੈਠੀ। ਅਤੇ ਆ ਵੀਰ ਨੇ ਇੱਥੇ ਸੇਵਾਦਾਰ, बैठे सारे भरा अपना पाकिस्तान वाला लंगर छका रहा बड़े ही प्यार नाल। बाई कहते बनाओ जरूर ब्लॉग साडा। आप भी बैठ के चाह छकते हैं, चाह छकी नहीं थी पहला मैं, हो गए भाई कट्ठे, फिर आप हूँ कट्ठी जावे अभी मार्केट। हाँ हाँ, चाह देखते हैं उरे जे लंगर च हुई चाह। चाह जी, हाँ जी, हाँ जी, दस्यो पीन लगे अज पाकिस्तान की चाह बनी हुई कावा कहते हैं बई कहते कावा कहते हैं पाकिस्तान से चाह कावा पीन लगे। लंगर तो हर एक देखे आ, बाबे नानक का लंगर आ, 20 रुपये का लंगर लाया हुआ बाबे नानक का, चलता सारी दुनिया च।
ਆਪਣੇ ਇੱਥੇ ਸਫਾਈ ਕਰਨ ਵਾਲੀ ਮਸ਼ੀਨ ਹੈ ਇੱਕ, ਜਿਵੇਂ ਆਪਣੇ ਉੱਥੇ ਹਰਿਮੰਦਰ ਸਾਹਿਬ ਵੀ ਹੈਗੀ ਸ਼ਾਇਦ, ਅਤੇ ਬਾਈ ਚੱਲਿਆ ਗਿਆ ਲੱਗਦਾ, ਅਤੇ ਉੱਧਰ ਮਸ਼ੀਨ ਆ ਬਹੁਤ ਵਧੀਆ, ਉਹਦੇ ਨਾਲ ਸਫਾਈ ਹੁੰਦੀ ਆ ਬਾਈ, ਪਹਿਲਾਂ ਉਰੇ ਕਰਕੇ ਗਿਆ ਤਾਂ ਹੀ ਸਾਰਾ ਫਰਸ਼ ਸਾਫ਼ ਪਿਆ, ਬਹੁਤ ਸੋਹਣਾ ਪ੍ਰਬੰਧ ਆ ਲੰਗਰ ਦਾ। ਇਸ ਜਗ੍ਹਾ 'ਤੇ ਲੰਗਰ ਤਿਆਰ ਹੁੰਦਾ ਗੁਰੂ ਦਾ ਲੰਗਰ, ਜਿਹੜਾ ਸੰਗਤਾਂ ਆ ਕੇ ਛਕਦੀਆਂ ਨੇ, ਆਹ ਬਾਈ ਹੋਣੀ ਇੱਥੇ ਸੇਵਾ ਕਰਦੇ ਨੇ, ਅਤੇ ਆਹ ਲੰਗਰ ਸਬਜ਼ੀ ਜਿਹੜੀ ਲੰਗਰ 'ਚ ਵਰਤਾਈ ਜਾਂਦੀ ਆ, ਅਤੇ ਆਹ ਬਾਈ ਉਹਨਾਂ ਦੁਆਰਾ ਤਿਆਰ ਕੀਤੀ ਜਾਂਦੀ ਆ, ਇਹ ਰਸੋਈ ਆ ਇੱਥੋਂ ਦੀ, ਅਤੇ ਆਹ ਚਾਹ ਬਣ ਰਹੀ ਆ। ਬਾਕੀ ਵੱਡੀਆਂ ਵੱਡੀਆਂ ਭੱਠੀਆਂ ਹੈਗੀਆਂ ਨੇ ਉਰੇ, ਅਤੇ ਉਹਨਾਂ 'ਤੇ ਇਹ ਬਣਾਉਂਦੇ ਨੇ। ਬਾਕੀ ਆਹ ਪਤੀਲਾ ਪਿਆ ਬਹੁਤ ਵੱਡਾ, ਵੀ ਕਿਚਨ ਆ, ਆਹ ਸਾਰਾ ਸਮਾਨ ਪਿਆਜ਼ ਮਿਰਚਾਂ ਜਿਹੜੀਆਂ ਆਪਣੀਆਂ ਸਬਜ਼ੀਆਂ 'ਚ ਪੈਂਦੀਆਂ ਨੇ, ਆਹ ਮਸਾਲੇ ਹੋਰ ਸਾਰਾ ਲੂਣ, ਅਤੇ ਇਹ ਉਰੇ ਰਸੋਈ ਆ, ਇੱਥੇ ਲੰਗਰ ਆਪਣਾ ਤਿਆਰ ਹੁੰਦਾ ਬਾਬੇ ਨਾਨਕ ਦਾ ਲੰਗਰ 20 ਰੁਪਈਆਂ 'ਤੇ ਜਿਹੜਾ ਚਲਾਇਆ ਹੋਇਆ, ਅਤੇ ਆਹ ਦੇਗਿਆਂ 'ਚ ਪਈਆ, ਅਤੇ ਸਬਜ਼ੀ ਪਈ ਇਹਨਾਂ 'ਚ, ਅਤੇ ਆਹ ਦਾਲ ਆ ਉਰੇ, ਚੌਲ ਹੁਣੇ ਹੁਣੇ ਖਾ ਕੇ ਆਏ ਲੰਗਰ 'ਚ ਆਪਾਂ, ਬਹੁਤ ਵਧੀਆ ਬਣੇ ਹੋਏ ਸੀ ਮਿੱਠੇ ਇਹ ਚੌਲ, ਗੁਰੂ ਦਾ ਲੰਗਰ ਆ, ਅਤੇ ਭਰਾ ਬਹੁਤ ਵਧੀਆ ਬਣਾਉਂਦੇ ਨੇ ਯਾਰ। ਉੱਧਰ ਸਾਹਮਣੇ ਜੂਠੇ ਬਰਤਨ ਧੋਂਦੇ ਨੇ, ਉਹ ਦੇਖੋ ਸਾਹਮਣੇ ਜਿਵੇਂ ਆਂਟੀ ਹੋਣੀ ਧੋ ਰਹੇ ਨੇ, ਅਤੇ ਆਹ ਬਾਈ ਤੁਸੀਂ ਤਿਆਰ ਕਰਦੇ ਹੋ ਬਾਈ, ਠੀਕ ਹੈ ਜੀ, ਠੀਕ ਹੈ ਠੀਕ ਹੈ। ਇਹ ਇਸ ਤਰ੍ਹਾਂ ਉਰੇ ਲੰਗਰ ਤਿਆਰ ਹੁੰਦਾ, ਸਾਹਮਣੇ ਉੱਥੇ ਬਰਤਨ ਧੋਤੇ ਜਾਂਦੇ ਨੇ ਜੂਠੇ ਬਰਤਨ, ਅਤੇ ਆਹ ਭਰਾ ਮਿਲੇ ਨੇ ਆਪਾਂ ਨੂੰ ਇੱਥੇ ਪਾਕਿਸਤਾਨ ਵਾਲੇ, ਪਿਸ਼ਾਵਰ ਤੋਂ ਨੇ ਇਹ ਭਰਾ, ਅਤੇ ਬਾਈਆਂ ਨਾਲ ਗੱਲਾਂ ਕਰੀਆਂ ਬਹੁਤ ਅੱਛਾ ਲੱਗਿਆ ਬਾਈਆਂ ਨਾਲ। ਅਤੇ ਕੀ ਨਾਮ ਆ ਬਾਈ ਆਪਣਾ? ਫਤਿਹੁੱਲਾ। ਫਤਿਹੁੱਲਾ, ਹਾਂਜੀ ਆਪਣਾ? ਹਾਂਜੀ, ਮੇਰਾ ਨਾਮ ਮੁਹੰਮਦ ਇਕਰਾਮ ਹੈ। ਠੀਕ ਹੈ ਜੀ, ਠੀਕ ਹੈ ਠੀਕ ਹੈ, ਬਾਈਆਂ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ, ਅਤੇ ਠੀਕ ਹੈ ਬਾਈ, ਹੋਰ ਓਕੇ ਜੀ। ਹਾਂਜੀ ਹਾਂ, ਚੈਨਲ ਸੁੱਖ ਸੁੱਖ ਪੰਜਾਬੀ ਬਲੌਗਸ, ਹਮਕੋ ਆਪਕੇ ਨਾਮ ਮੁਸ਼ਕਿਲ ਲੱਗਤੇ ਹੈ। ਮੇਰਾ ਨਾਮ ਸੁਖਪ੍ਰੀਤ ਸਿੰਘ, ਅੱਛਾ ਅੱਛਾ, ਹਿੰਦੂ ਰਹਤੇ ਹੈ, ਠੀਕ ਹੈ ਠੀਕ ਹੈ ਠੀਕ ਹੈ। ਵਹਾਂ ਪਰ ਖੇਤੀ ਹੋਤੀ ਹੈ ਉਧਰ? ਠੀਕ ਹੈ ਠੀਕ ਹੈ, ਠੀਕ ਹੈ ਠੀਕ ਹੈ ਠੀਕ ਹੈ, ਬਸ ਉਧਰ ਉਧਰ ਪਾਣੀ ਨਹੀਂ, ਪਹਾੜੀ ਇਲਾਕਾ। ਅੱਛਾ, ਉਹ ਪਹਾੜੀ ਇਲਾਕਾ, ਠੀਕ ਹੈ ਠੀਕ ਹੈ ਠੀਕ। ਇਧਰ ਲਾਹੌਰ ਚ ਪਾਣੀ ਹੈਗਾ ਹੈ? ਇਧਰ ਤਾਂ ਬਹੁਤ ਹੈ ਪਾਣੀ, ਠੀਕ ਹੈ ਠੀਕ ਹੈ। ਬਾਈ ਦੱਸਣ ਲੱਗੇ ਨੇ ਚੈਨਲ ਆਪਣਾ ਕਰਾ ਤਾ ਸਬਸਕ੍ਰਾਈਬ, ਆਏ ਵਧਦੇ ਨੇ ਸਬਸਕ੍ਰਾਈਬਰ, ਹੁਣ ਬਾਈ ਪਾਕਿਸਤਾਨ ਤੱਕ, ਹਾਂ ਹੁਣ ਪਾਕਿਸਤਾਨ ਤੱਕ ਪ੍ਰਮੋਸ਼ਨ ਹੁੰਦੀ ਹੈ ਚੈਨਲ ਦੀ। ਚਲੋ ਠੀਕ ਹੈ ਭਾਈ, ਓਕੇ ਭਰਾ, ਓਕੇ ਓਕੇ ਜੀ ਓਕੇ। ਸਾਹਮਣੇ ਅਤੇ ਅਸੀਂ ਵਾਸ਼ਰੂਮ ਲੱਭ ਰਹੇ ਸੀਗੇ, ਜਾਨੂ ਬਾਈ ਮਿਲ ਗਏ ਸੀਗੇ,
ਅਤੇ ਪਿੱਛੇ ਬਾਈ ਮਿਲੇ ਸੀ ਜਿਹੜੇ ਉਹ ਆਏ ਹੋਏ ਸੀਗੇ ਪਿਸ਼ਾਵਰ ਤੋਂ ਅਤੇ ਉਹਨਾਂ ਨਾਲ ਵਧੀਆ ਗੱਲਾਂ ਬਾਤਾਂ ਕਰੀਆਂ ਗੱਲਾਂ ਬਾਤਾਂ ਕਰਕੇ ਬਹੁਤ ਵਧੀਆ ਲੱਗਿਆ ਅਤੇ ਫੋਟੋਆਂ ਕਰਾ ਕੇ ਕਹਿੰਦੇ ਬਾਈ ਬਹੁਤ ਖੁਸ਼ ਹੋ ਗਏ ਅਤੇ ਬਹੁਤ ਵਧੀਆ ਲੱਗਿਆ ਅਤੇ ਹੁਣ ਬਾਈ ਨੇ ਫੜ ਲਿਆ ਮੇਰੇ ਤੋਂ ਫੋਨ ਅਤੇ ਮਾਈਆਂ ਨਾਲ ਵੀ ਵਧੀਆ ਇੰਜੋਏ ਚੱਲ ਰਿਹਾ ਅੱਜ ਅਤੇ ਹੁਣ ਮਾਰਕੀਟ 'ਚ ਜਾਵਾਂਗੇ ਮਾਰਕੀਟ ਘੁਮਾਉਣੇ ਤੁਹਾਨੂੰ ਸਾਰੀ ਠੀਕ ਆ ਅੱਜ ਲੁਧਿਆਣੇ ਵਾਲਿਆਂ ਨਾਲ ਦੇਖਾਂਗੇ ਆਪਾਂ ਬਾਜ਼ਾਰ ਲੁਧਿਆਣੇ ਵਾਲਿਆਂ ਨਾਲ ਘੁੰਮ ਕੇ ਦੇਖਦੇ ਹਾਂ ਨਾਲ ਪਾਕਿਸਤਾਨ ਵਾਲੇ ਨਾਲ ਲੁਧਿਆਣੇ ਵਾਲੇ ਠੀਕ ਹੈ ਜੀ ਚੀਜ਼ ਇਹ ਮੁਹੱਬਤਾਂ ਵੱਧਦੀਆਂ ਹੁਣ ਬਾਈ ਇਹਨਾਂ ਨੇ ਸਿਆਲਕੋਟ ਦਾ ਨਾਂ ਲਿਆ ਉਹ ਵਜ੍ਹਾ ਹੀ ਹੈ ਵੀ ਖਲੋਣ ਦੀ ਇਹਨਾਂ ਨੇ ਮੇਰੇ ਸ਼ਹਿਰ ਦਾ ਨਾਂ ਲਿਆ ਮੁਹੱਬਤ ਵੱਧ ਗਈ ਅਤੇ ਇਮਹਾਨ ਸਾਹਿਬ ਨੇ ਜਦੋਂ ਇਹ ਸਿਲਸਿਲਾ ਕੀਤਾ ਉਹਦੇ 'ਚ ਇਹ ਵੇਖ ਕੇ ਮੁਹੱਬਤ ਵਧੀ ਹੈ ਠੀਕ ਹੈ ਇਹ ਚੀਜ਼ਾਂ ਨੂੰ ਮੈਨੇਜ ਕਰਨ ਦੇ ਨਾਲ ਇਹਨਾਂ ਨੂੰ ਬਿਹਤਰ ਕਰਨ ਦੇ ਨਾਲ ਠੀਕ ਹੈ ਤੁਹਾਡੀ ਹੁਣ ਆਉਣ ਦਾ ਸਿਲਸਿਲਾ ਜਾਣ ਦਾ ਸਿਲਸਿਲਾ ਹੁਣ ਸਾਡੇ ਪਾਕਿਸਤਾਨ ਜਿਹਨਾਂ ਨਹੀਂ ਸੀ ਆਉਣਾ ਉਹ ਵੀ ਇੱਥੇ ਆ ਰਹੇ ਬਿਲਕੁਲ ਜੀ ਬਿਲਕੁਲ ਦਿਲ ਹੀ ਨਹੀਂ ਕਰ ਰਿਹਾ ਕਿ ਅਸੀਂ ਵਾਪਸ ਜਾਈਏ ਸਾਨੂੰ ਬੜੀ ਖੁਸ਼ੀ ਹੋਈ ਹੈ ਤੁਹਾਡੇ ਭਾਈਆਂ ਨਾਲ ਮਿਲਣ ਦੀ ਤੇ ਅਸੀਂ ਵੀ ਪੰਜਾਬੀ ਹਾਂ ਤੇ ਤੁਸੀਂ ਵੀ ਪੰਜਾਬੀ ਇਹ ਤੋਂ ਕਿੰਨੀ ਕੁ ਦੂਰ ਇੱਥੇ ਸਿਆਲਕੋਟ ਸਿਆਲਕੋਟ ਇੱਥੋਂ ਤਕਰੀਬਨ ਕੋਈ 70 ਕਿਲੋਮੀਟਰ ਕਿਸੇ ਭਾਈ ਨੂੰ ਕੋਈ ਯਾਦ ਹੋਏ ਕੁਛ ਗੁਰੂ ਨਾਨਕ ਸਾਹਿਬ ਨੇ ਕਿਉਂਕਿ ਮੈਂ ਕੋਈ 3-4 ਭਾਈਆਂ ਨੂੰ ਮਿਲਿਆ ਮੇਰੇ ਕੋਲ ਇੱਕ ਏਰੀਆ ਵੇ ਆਪਣਾ ਸਿਆਲਕੋਟ ਦੇ ਵਿੱਚ ਰਸਤੇ ਦੇ ਵਿੱਚ ਉੱਥੇ ਸਿੱਖ ਭਾਈ ਬਹਿੰਦੇ ਨੇ ਮਾਜ਼ਰਤ ਦੇ ਨਾਲ ਇਹੀ ਕਹਿੰਦੇ ਨਾ ਸਿੱਖ ਭਾਈ ਠੀਕ ਹੈ ਉਹ ਮਿਲਦੇ ਨੇ ਉਹਨਾਂ ਕੋਲ ਮੈਂ ਸੁਣਿਆ ਅਤੇ ਮੇਰੀ ਇੱਕ ਵਾਰੀ ਦਿਲ ਜਿਹੜਾ ਨਾ ਉਹ ਇੰਨੀ ਕੁ ਮੁਹੱਬਤ ਪੈਦਾ ਹੋਈ ਤੁਹਾਡੇ ਭਾਈਆਂ ਦੇ ਨਾਲ ਉਸ ਹਵਾਲੇ ਨਾਲ ਕਿ ਗੁਰੂ ਨਾਨਕ ਦਾ ਬਹੁਤ ਬੜਾ ਜਿਹੜਾ ਸੀ ਨਾ ਉਹ ਮਾਸ਼ਾਅੱਲਾ ਸੀ ਵਿਜ਼ਨ ਸੀ ਉਹਨਾਂ ਨੇ ਇੱਕ ਬੜੀ ਆਲਾ ਯਾਨੀ ਕਿ ਕਹਿ ਲਓ ਕਿ ਸਿਲਸਿਲਾ ਕੀਤਾ ਬਾਕੀ ਤੁਹਾਨੂੰ ਸਾਡੀਆਂ ਮੁਕਤਾਂ ਨੇ ਜੀ ਸਦਾ ਵਸਦੇ ਰਹੋ ਬੜੀ ਖੁਸ਼ੀ ਸੀ ਅੱਜ ਬਹੁਤ ਚਾਅ ਚੜਿਆ ਕਿ ਸਾਨੂੰ ਆ ਕੇ ਦਰਸ਼ਨ ਮੇਲੇ ਕੀਤੇ ਇੱਕ ਪਿਆਰ ਦੇਖ ਕੇ ਤੁਹਾਡਾ ਸਮਾਂ ਥੋੜ੍ਹਾ ਲੱਗਦਾ 8 ਤੋਂ 4 ਵਜੇ ਵਾਲਾ ਸਮਾਂ ਘੱਟ ਲੱਗਦਾ ਜੀ ਅਤੇ ਅੱਜ ਮਾਸ਼ਾਅੱਲਾ ਕਾਫੀ ਜਿਹੜੇ ਨੇ ਭਾਈ ਇੱਥੇ ਨੇ ਆਮ ਮੈਂ ਉਹ ਇੱਕ ਦਿਨ ਪਹਿਲੇ ਆਇਆ ਇੰਨੇ ਨਹੀਂ ਸਨ ਚਲੋ ਜੀ ਬਹੁਤ ਸ਼ੁਕਰੀਆ ਠੀਕ ਹੈ ਜੀ ਓਕੇ ਜੀ ਤੁਸੀਂ ਕੀ ਕਹਿੰਦੇ ਹੋ ਆਪਣੇ ਜਦੋਂ ਮਿਲਦੇ ਹੋ ਹੁਣ ਆਪਾਂ ਜਾ ਰਹੇ ਹਾਂ ਅੰਗੀਠਾ ਸਾਹਿਬ ਦੇਖਣ ਤੇ ਉਧਰ ਪਿੱਛੇ ਬੋਰਡ ਵੀ ਲੱਗਿਆ ਹੋਇਆ ਸੀ ਖੇਤੀ ਸਾਹਿਬ ਜਿੱਧਰ ਹੁਣ ਆਪਾਂ ਜਿਹੜੇ ਸਥਾਨ ਦੇ ਦਰਸ਼ਨ ਕਰਨ ਜਾ ਰਹੇ ਹਾਂ ਉਹਦਾ ਨਾਮ ਖੇਤੀ ਸਾਹਿਬ ਆ ਤੇ ਉੱਥੇ ਜਾਂਦੇ ਹਾਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਦਿਖਾਓ ਇੱਧਰਲਾ ਤੇ ਹਾਂ ਉੱਧਰਲਾ ਪਾਸਾ ਦਿਖਾਉਂਦੇ ਹਾਂ ਤੇ ਗੁਰਦੁਆਰਾ ਸਾਹਿਬ ਇਡਲੀ ਸਾਈਡ ਰਹਿ ਗਏ ਹੁਣ ਅਸੀਂ ਬਾਹਰ ਆ ਗਏ ਪਾਕਿਸਤਾਨ ਦੀ ਸੜਕਾਂ ਤੇ ਤੁਰ ਰਹੇ ਹਾਂ ਪਾਕਿਸਤਾਨ ਦੇ ਸੜਕਾਂ ਤੇ ਪਾਹੀ ਕਹਿ ਦਾਂਗੇ ਇਹਨੂੰ ਤਾਂ ਜਿਵੇਂ ਆਪਣੇ ਖੇਤਾਂ ਨੂੰ ਪਹੇ ਜਾਂਦੇ ਹੁੰਦੇ ਨੇ ਉਵੇਂ ਆ ਬਾਕੀ ਦਿਖਾਉਂਦੇ ਆ ਤੁਹਾਨੂੰ ਦੇਖੋ ਤੇ ਇੱਧਰ ਨੂੰ ਜਾ ਰਹੇ ਹਾਂ ਆਪਾਂ ਅੰਗੀਠਾ ਸਾਹਿਬ ਦੇ ਦਰਸ਼ਨ ਕਰਨ ਤੇ ਆ ਉਹੀ ਨਿਸ਼ਾਨ ਸਾਹਿਬ ਆ ਗਏ ਜਿਹੜੇ ਉੱਧਰੋਂ ਮੈਂ ਤੁਹਾਨੂੰ ਦਿਖਾਏ ਸੀਗੇ ਫੁੱਲਾਂ ਨਾਲ ਬਣਾਏ ਹੋਏ ਨੇ ਇਹ ਬਹੁਤ ਸੋਹਣੀ ਕਲਾ ਕਰੀ ਹੋਈ ਆ ਗੁਰਦੁਆਰਾ ਸਾਹਿਬ ਇਧਰਲੇ ਪਾਸੇ ਸੀਗੇ ਤੇ ਇਹ ਸਥਾਨ ਪਿੱਛੇ ਬਣਿਆ ਹੋਇਆ ਹੁਣ ਨੇੜੇ ਆ ਗਏ ਆਪਾਂ ਨਿਸ਼ਾਨ ਸਾਹਿਬ ਦੇ ਤੇ ਦੇਖੋ ਜੀ ਫੁੱਲਾਂ ਦੇ ਨਾਲ ਬਣਾਏ ਹੋਏ ਨੇ ਹਾਂਜੀ ਇੱਧਰ ਦਾ ਬੂਟ ਪਾ ਕੇ ਆਇਆ ਜਾਂਦਾ ਹਾਂ ਪਹਿਲਾਂ ਉੱਥੋਂ ਦੇਖੇ ਸੀਗੇ ਆਪਾਂ ਨਿਸ਼ਾਨ ਸਾਹਿਬ ਉੱਪਰ ਵਾਲੇ ਪਾਸੇ ਸੀਗੇ ਤੇ ਹੁਣ ਇੱਧਰ ਦੀ ਰਾਸਤਾ ਆਉਂਦਾ ਇੱਕ ਇੱਧਰ ਦੀ ਆਪਾਂ ਆ ਸਕਦੇ ਹਾਂ ਹੁਣ ਇੱਥੇ ਆਏ ਹਾਂ ਅਸੀਂ ਬਾਈ ਹੁਣੀ ਫੋਟੋਆਂ ਖਿੱਚੀ ਜਾਂਦੇ ਨੇ ਉਹ ਸਾਹਮਣੇ ਜਿਹੜਾ ਉਹ ਸਥਾਨ ਦਿਖ ਰਿਹਾ ਤੁਹਾਨੂੰ ਜਿੱਥੇ ਹੁਣ ਮੈਂ ਹੱਥ ਕਰਕੇ ਦਿਖਾ ਰਿਹਾ ਉਹ ਸਥਾਨ ਵਾਕਿਆ ਸੰਗਤਾਂ ਜਾ ਰਹੀਆਂ ਨੇ ਉੱਧਰ ਦਰਸ਼ਨ ਕਰਨ ਉਸ ਸਥਾਨ ਦੇ ਆਹ ਹੁਣ ਆਪਾਂ ਦਰਸ਼ਨ ਕਰਾਂਗੇ ਅੰਗੀਠਾ ਸਾਹਿਬ ਦੇ ਇੱਧਰ ਬੋਰਡ ਲੱਗਿਆ ਹੋਇਆ ਅੰਗੀਠਾ ਸਾਹਿਬ ਦਾ ਤੇ ਉਹ ਸਾਹਮਣੇ ਨੇ ਅੰਗੀਠਾ ਸਾਹਿਬ ਉੱਥੇ ਚੱਲਦੇ ਹਾਂ ਇਹ ਗੁਰਦੁਆਰਾ ਸਾਹਿਬ ਤੋਂ ਅੱਗੇ ਆ ਗਏ ਨੇ ਗੁਰਦੁਆਰਾ ਸਾਹਿਬ ਇੱਧਰਲੇ ਪਾਸੇ ਰਹਿ ਗਏ ਆਹ ਸਾਰਾ ਗੁਰਦੁਆਰਾ ਸਾਹਿਬ ਦਾ ਏਰੀਆ ਠੀਕ ਆ ਤੇ ਅੰਗੀਠਾ ਸਾਹਿਬ ਉਹ ਸਾਈਡ ਨੇ ਜਿੱਧਰ ਹੁਣ ਆਪਾਂ ਜਾ ਰਹੇ ਹਾਂ ਪਹੁੰਚ ਗਏ ਅੰਗੀਠਾ ਸਾਹਿਬ ਇਹ ਬਿਲਕੁਲ ਅਲੱਗ ਬਣਿਆ ਹੋਇਆ ਇੱਥੇ ਸਾਹਮਣੇ ਲੱਗੀ ਹੋਈ ਆ BSF ਆਲੇ ਦੁਆਲੇ ਸਰਹੱਦ ਦਾ ਬਾਕੀ ਇੱਧਰ ਵੀ ਬਾਰਡਰ ਬਣਾਇਆ ਹੋਇਆ ਤਾਰ ਬਣਾਈ ਹੋਈ ਆ ਤਾਂ ਕਿ ਕੋਈ ਜਾ ਨਾ ਸਕੇ ਉੱਧਰਲੇ ਪਾਸੇ
ਇੱਥੇ ਆਇਆ ਅੰਗੀਠਾ ਸਾਹਿਬ ਅਤੇ ਇੱਧਰ ਅੰਗੀਠਾ ਸਾਹਿਬ ਬਣੇ ਹੋਏ ਨੇ ਇਸ ਜਗ੍ਹਾ 'ਤੇ ਅਤੇ ਕਹਿੰਦੇ ਗੁਰੂ ਸਾਹਿਬ ਜਦੋਂ ਇੱਥੇ ਆਉਂਦੇ ਸੀ ਖੇਤੀ ਕਰਨ ਤਾਂ ਉਹ ਆਰਾਮ ਕਰਦੇ ਸੀਗੇ ਇੱਥੇ ਇਸ ਜਗ੍ਹਾ ਬੈਠ ਕੇ ਅਤੇ ਆਹ ਸੀ ਇੱਧਰ ਅੰਗੀਠਾ ਸਾਹਿਬ ਅਤੇ ਇੱਥੇ ਕਹਿੰਦੇ ਨੇ ਗੁਰੂ ਸਾਹਿਬ ਕਹਿੰਦੇ ਆ ਕੇ ਆਰਾਮ ਕਰਦੇ ਹੁੰਦੇ ਸੀ ਜਦੋਂ ਖੇਤੀ ਕਰਦੇ ਸੀ ਸਾਰਾ ਕੁਛ ਉਹੀ ਆ ਬਾਈ ਸਾਰੇ ਲੋਕ ਉਹੀ ਨੇ ਜੈ ਸਰਦਾਰ ਜੀ ਆਪ ਉਧਰ ਉਸ ਸਾਈਡ ਤੇ ਜਾਏ ਇਨਕੇ ਸਾਹ ਸਰਦਾਰ ਜੀ ਹੁਣ ਸਾਰੇ ਇੱਕ ਦੂਜੇ ਨਾਲ ਤਸਵੀਰਾਂ ਕਰਾ ਰਹੇ ਨੇ ਫੋਟੋਆਂ ਕਰਾ ਰਹੇ ਨੇ ਅਤੇ ਆਪਣੇ ਪਾਕਿਸਤਾਨ ਵਾਲੇ ਭਰਾ ਨੇ ਇੱਧਰ ਆਪਣੇ ਨਾਲ ਬਾਬੇ ਆਪਣੇ ਪੰਜਾਬ ਤੋਂ ਪਾਕਿਸਤਾਨ ਵਾਲੇ ਭਰਾ ਕਹਿੰਦੇ ਸੀ ਤੁਹਾਡੇ ਨਾਲ ਫੋਟੋਆਂ ਕਰਾਉਣੀਆਂ ਨੇ ਅਤੇ ਉਹਨਾਂ ਨਾਲ ਗੱਲਾਂ ਬਾਤਾਂ ਕਰੀਆਂ ਸਾਰਿਆਂ ਨਾਲ ਬਹੁਤ ਪਿਆਰ ਨਾਲ ਮਿਲੇ ਸਾਰਿਆਂ ਦਾ ਬਹੁਤ ਵਧੀਆ ਸੁਭਾਅ ਬਹੁਤ ਵਧੀਆ ਲੱਗਿਆ ਇੱਥੇ ਮਿਲ ਕੇ ਅਤੇ ਸਾਰਿਆਂ ਨੇ ਬਾਰੋ ਬਾਰੀ ਤਸਵੀਰਾਂ ਕਰਾਈਆਂ ਫੋਟੋਆਂ ਕਰਾਈਆਂ ਅਤੇ ਗੁਰਦੁਆਰਾ ਸਾਹਿਬ 'ਚ ਇਕੱਠੇ ਹੋ ਕੇ ਦੇਖੋ ਤੁਸੀਂ ਕਿਵੇਂ ਪਿਆਰ ਪੈਂਦੇ ਨੇ ਸਾਰਿਆਂ ਦੇ ਕੋਈ ਇੱਕ ਦੂਜੇ ਨਾਲ ਭੇਦਭਾਵ ਨਹੀਂ ਸਾਰੇ ਬਾਬੇ ਨਾਨਕ ਦੇ ਘਰ ਆ ਕੇ ਇੱਕ ਹੋ ਕੇ ਮਿਲਦੇ ਨੇ ਜਿਵੇਂ ਹੁਣ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਕਿਵੇਂ ਸਾਰੇ ਪਿਆਰ ਨਾਲ ਤਸਵੀਰਾਂ ਕਰਾ ਰਹੇ ਨੇ ਅਤੇ ਬਹੁਤ ਚੰਗਾ ਲੱਗਿਆ ਮਿਲ ਕੇ ਭਰਾਵਾਂ ਨੂੰ ਸਾਰਿਆਂ ਨੂੰ ਸਾਰੇ ਭਰਾਵਾਂ ਨੇ ਇੱਕ ਦੂਜੇ ਨਾਲ ਖੁੱਲ੍ਹੀਆਂ ਗੱਲਾਂ ਕੀਤੀਆਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਾਲੇ ਭਰਾਵਾਂ ਨੇ ਸਾਰਿਆਂ ਨੇ ਇੱਕ ਦੂਜੇ ਨੂੰ ਪੁੱਛਿਆ ਕਿ ਤੁਸੀਂ ਉੱਧਰ ਕੀ ਕੰਮ ਕਰਦੇ ਹੋ ਸਾਰੇ ਹੀ ਕੰਮ ਇੱਕੋ ਜਿਹੇ ਸੀ ਉੱਧਰ ਇਹੋ ਜਿਹੀ ਉਹ ਖੇਤੀਬਾੜੀ ਉਹੋ ਜਿਹੀ ਕੰਮ ਕਾਜ ਜਿਵੇਂ ਆਪਣੀ ਇੱਥੇ ਆਮ ਦੁਕਾਨਾਂ ਨੇ ਆਪਾਂ ਆਪਦਾ ਰੁਜ਼ਗਾਰ ਕਰਦੇ ਹਾਂ ਉਵੇਂ ਹੋਰ ਰੁਜ਼ਗਾਰ ਨੇ ਉਹਨਾਂ ਦੇ ਉੱਧਰ ਬਾਕੀ ਬਾਬੇ ਨਾਨਕ ਦੀਆਂ ਗੱਲਾਂ ਕੀਤੀਆਂ ਬਾਬੇ ਨਾਨਕ ਦੇ ਘਰ ਦੀਆਂ ਗੱਲਾਂ ਕੀਤੀਆਂ ਆਹ ਬਾਈ ਨੇ ਵੀਡੀਓ ਬਣਾਈ ਸੀ ਆਪਣੀ ਹੁਣ ਸਾਰੇ ਉਹਨਾਂ ਦੀ ਤੇ ਕੀ ਨਾਮ ਬਾਈ ਅਲੀ ਤਲਹਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਵਲੌਗ ਬਣਾ ਰਿਹਾ ਸੁੱਖ ਪੰਜਾਬੀ ਵਲੌਗਸ ਚੈਨਲ ਹੈ ਠੀਕ ਹੈ ਸੁੱਖ ਪੰਜਾਬੀ ਬਲੌਗਸ ਬਲੌਗਸ ਖੁਸ਼ੀ ਹੋਤੀ ਹੈ ਕਿ ਇੰਡੀਆ ਸੇ ਜ਼ਾਇਰੀਨ ਯਹਾਂ ਪੇ ਆਤੇ ਹੈ ਹਾਂਜੀ ਹਾਂਜੀ ਉਮੀਦ ਕਰਤੇ ਹੈ ਕਿ ਵਕਤ ਕੇ ਸਾਥ 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 ਯੇ ਜੋ ਨਫ਼ਰਤੇ ਹੈ ਜੇ ਖਤਮ ਹੋ ਜਾਏ ਸਾਰਾ ਕੁਛ ਖਤਮ ਹੋ ਔਰ ਜੋ ਹਮਾਰਾ ਇਤਨਾ ਜ਼ਿਆਦਾ ਜੋ ਬਜਟ ਵੀ ਹੈ ਔਰ ਦੋਨੋਂ ਕੰਟਰੀਜ਼ ਕਾ ਦਫਾ ਪੇ ਲਗਾਤੇ ਹੈ ਸਹੀ ਗੱਲ ਹਮਾਰੇ ਕਿਸੀ ਦੂਸਰੇ ਕਾਮੋਂ ਮੇ ਲਗੇ ਸਹੀ ਪੇ ਲਗੇ ਤਾਲੀਮ ਪੇ ਲਗੇ ਆਵਾਮ ਖੁਸ਼ਹਾਲ ਹੋ ਬਾਕੀ ਅੱਲਾ ਅੱਲਾ ਤੱਕ ਹਾਂਜੀ ਤੇ ਭਰਾ ਨੇ ਆਪਣੇ ਸਾਰੇ ਪਾਕਿਸਤਾਨ ਤੋਂ ਐਂ ਕਰੋ ਗਾਹਲੀ ਵਾਰ ਫਿਰ ਬਾਈਆਂ ਤੋਂ ਪਰਫਿਊਮ ਮੰਗਾਓ ਉਧਰੋਂ ਹਾਂ ਪਰਫਿਊਮ ਲੈ ਕੇ ਆਇਓ ਕਹਿੰਦੇ ਬਾਈ ਬੜਾ ਪਿਆਰ ਮਿਲਦਾ ਬਾਈ ਆ ਕੇ ਉਰੇ ਦੇਖੋ ਉਰੇ ਇਕੱਠੇ ਨੇ ਪਿਆਰ ਪੈਂਦੇ ਪਾਕਿਸਤਾਨ ਭਰਾਵਾਂ ਨਾਲ ਹੈ ਫਰਕ ਦੇਖੋ ਕੋਈ ਕੋਈ ਵੀ ਨਹੀਂ ਬਸ ਆਈ ਕਾਰਡ ਜਿਹੜੇ ਗਲੇ 'ਚ ਪਾਏ ਹੋਏ ਨੇ ਇਹਨਾਂ ਦਾ ਫਰਕ ਆ ਆਪਣੇ ਵਾਲਿਆਂ ਦੇ ਪੀਲੇ ਉਹਨਾਂ ਦੇ ਨੀਲੇ ਭਰਾ ਮਿਲੇ ਨੇ ਆਪਣੇ ਪਾਕਿਸਤਾਨ ਵਾਲੇ ਅਤੇ ਬਾਈਆਂ ਨਾਲ ਗੱਲਾਂ ਬਾਤਾਂ ਕਰੀਆਂ ਬਹੁਤ ਵਧੀਆ ਲੱਗਿਆ ਅਤੇ ਬਾਈ ਪੜ੍ਹਾਈ ਕਰਦੇ ਨੇ ਸਟੱਡੀ ਤੇ ਬਾਈ ਕਲਾਸਮੇਟ ਨੇ ਬਾਈਆਂ ਨੇ ਦੱਸਿਆ ਅਤੇ ਦੋਸਤ ਨੇ ਆਪਸ ਮੇਂ ਅਤੇ ਕੀ ਨਾਮ ਨੇ ਬਾਈ ਆਪਣੇ ਠੀਕ ਹੈ ਜੀ ਠੀਕ ਹੈ ਅਤੇ ਬਾਈ ਪੜ੍ਹਦੇ ਨੇ ਅਤੇ ਹੁਣ ਕੋਰਸ ਪਤਾ ਨਹੀਂ ਕਿਹੜਾ ਕਰਦੇ ਨੇ ਮੈਨੂੰ ਸਮਝ ਨਹੀਂ ਲੱਗਿਆ ਸਿਵਲ ਇੰਜੀਨੀਅਰ ਠੀਕ ਹੈ ਸਾਡੇ ਫਿਰ ਸਿਵਲ ਇੰਜੀਨੀਅਰ ਬਾਈ ਇੰਜੀਨੀਅਰ ਕਰਦੇ ਨੇ ਬਹੁਤ ਵਧੀਆ ਅਤੇ ਬਹੁਤ ਵਧੀਆ ਲੱਗਿਆ ਬਾਈ ਮਿਲ ਕੇ ਠੀਕ ਹੈ ਜੀ ਆਪਣੇ ਭਰਾ
पाकिस्तान तो नारोवाल तो ने की नाम है भाई अपना कदीर अहमद हाँ जी अपना जी मोहम्मद अच्छा अच्छा की करते हो भाई स्टडी पढ़ते हो नहीं अच्छा 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 कम करते हो ठीक है ठीक है जी और वधिया सब ठीक है वधिया लगे भाई मिल के बहुत ठीक है ਚੰਗਾ ਨਾਮ ਰਖਾਏ ਕੇ ਜਸ ਕਿ ਜਗਲੇ ਤੇ ਕ੍ਰਿਸ਼ਨਾ ਦਾ ਨਾਂ ਵਈ ਦਵਾਰ ਨਾ ਪੁੱਛੇ ਕੇ ਕੀਤਾ ਅੰਦਰ ਕੀਟ ਕਰ ਦੋਸੀ ਦੋਸਤ ਪਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀਆਂ ਗੁਣ ਦੇ ਦੇਹਾ ਕੋਈ ਨਾ ਸੋਚੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਖ ਫਿਰ ਸੁਰਨਾਥ ਸੁਣੇ ਤਬ ਤੋ ਲਿਆ ਕਾਸ ਸੁਣੇ ਦੀਪ ਲੋ ਪਾਤਾਲ ਸੁਣੇ ਕੋਈ ਨਾ ਸਕੇ ਕਾਲ ਸਦਾ ਵਿਕਾਸ ਸੁਣੇ ਰੂਪਾ ਪਾਨਾ ਸੁਣੇ ਈਸ਼ਰ ਬਰਮਾ ਇੰਦ ਸੁਣੇ ਮੁਖ ਸਲਾ ਹਿਣਮੰਦ ਸੁਣੇ ਜੋ ਜਗਤਨ ਭੇਦ ਸੁਣੇ ਸਾਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣੇ ਰੂਪਾ ਪਾਨਾ ਸੁਣੇ ਸਤ ਸੰਤੋ ਗਿਆ ਸੁਣੇ ਹਰ ਸਭ ਕੇ ਸਨਾਨ ਸੁਣੇ ਪੜ ਪੜ ਭਾਵੇ ਮਾਨ ਸੁਣੇ ਲਾਗੇ ਸਹਿ ਪਿਆ ਨਾਨਕ ਭਗਤਾਂ ਸਦਾ ਵਿਕਾਸ ਸੁਣੇ ਰੂਪਾ ਪਾਨਾ ਸੁਣੇ ਸਲਾ ਗੁਣਾ ਕੇ ਗਾ ਸੁਣੇ ਸੇਖ ਨੇ ਪਤ ਸਾ ਸੁਣੇ ਹਿਰਦੇ ਭਾਵੇ ਰਾਮ ਸੁਣੇ ਰਾਮ ਤੁਨੇ ਸਕਾਰ ਆਨੰਦ ਪੰਥਸ ਦਾ ਵਿਕਾਸ ਮੇ ਦੁੱਖਾ ਕਾਲਾ ਸੁਣੇ ਕਿ ਕਈ ਰਾਜ ਆਏ ਜੋ ਕੇ ਪਿੱਛੇ ਪਛਤਾਏ ਕਾਗਰ ਕਲਮ ਨਾਲ ਖੜੇ ਮਾਰ ਮੰਨੇ ਕਾ ਬੈ ਕਰ ਵਿਚਾਰ ਐਸਾ ਨਾਮ